ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਸੁਪਰੀਮ ਕੋਰਟ ਨੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੇ ਡਾਕਟਰ ਦਲਜੀਤ ਚੀਮਾ ਦੇ ਖਿਲਾਫ ਚੱਲ ਰਹੇ ਕੇਸ ਤੇ ਲਾਈ ਰੋਕ ਸੁਪਰੀਮ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੂਰੇ ਸੰਵਿਧਾਨ ਦੇ ਵਿਵਾਦ ਮਾਮਲੇ ਵਿੱਚ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਦਲਜੀਤ ਚੀਮਾ ਦੇ ਖਿਲਾਫ ਹਸ਼ਿਆਰਪੁਰ ਦੀ ਅਦਾਲਤ ਵਿੱਚ ਦਾਇਰ ਕੀਤੇ ਜਾਲਸਾਜੀ ਅਤੇ ਧੋਖਾਧੜੀ ਦੇ ਕੇਸ ਦੀ ਸੁਣਵਾਈ ਤੇ ਰੋਕ ਲਾ ਦਿੱਤੀ ਆ ਹਸ਼ਿਆਰਪੁਰ ਵਾਸੀ ਬਲਵੰਤ ਸਿੰਘ ਖੇੜਾ ਨੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅਦਾਲਤ ਵਿਚ 2009 ਵਿੱਚ ਫੌਜਦਾਰੀ ਕੇਸ ਦਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਵਿਧਾਨ ਰੱਖਣ ਦੇ ਇਲਜ਼ਾਮ ਲਾਇਏ ਸੰਧ ਗੁਰਦੁਆਰਾ ਚੋਣ ਕਮਿਸ਼ਨ ਕੋਲੇ ਵੱਖਰਾ ਸੰਵਿਧਾਨ ਅਤੇ ਭਾਰਤੀ ਚੋਣ ਕਮਿਸ਼ਨ ਕੋਲੋਂ ਮਾਨਤਾ ਲੈਣ ਲਈ ਵੱਖਰਾ ਸੰਵਿਧਾਨ ਪੇਸ਼ ਕੀਤਾ ਗਿਆ ਤੇ ਹਲਫੀਆ ਬਿਆਨ ਦਿੱਤਾ ਗਿਆ ਕਿ ਪਾਰਟੀ ਸੰਵਿਧਾਨ ਵਿੱਚ ਅੰਕਿਤ ਧਰਮ ਨਿਰਪੱਖਤਾ ਦੇ ਸਿਧਾਂਤਾਂ ਦੀ ਪਾਲਣਾ ਕਰੇਗੀ ਜਦੋਂ ਕਿ ਇਸ ਵੱਲੋਂ ਧਾਰਮਿਕ ਪਾਰਟੀ ਵੱਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਂਦੀਆਂ ਹਨ ਸੀਐਮ ਭਗਵੰਤ ਮਾਨ ਹਸਪਤਾਲਾਂ ਦੇ ਡਾਕਟਰਾਂ ਤੇ ਮੁਲਾਜ਼ਮਾਂ ਨੂੰ ਸੀਐਮ ਭਗਵੰਤ ਮਾਨ ਦੀ ਚੇਤਾਵਨੀ ਮੈਂ ਬਿਨੇ ਬਿਨਾ ਦੱਸੇ ਕਦੇ ਵੀ ਮੁਆਇਨਾ ਕਰ ਸਕਦਾ ਹਾਂ ਕੋਤਾਹੀ ਬਰਦਾਸ਼ਤ ਨਹੀਂ ਕਰਾਂਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਉਹਨਾਂ ਨੇ ਸਪਸ਼ਟ ਕਿਹਾ ਕਿ ਉਹ ਬਿਨਾ ਦੱਸੇ ਕਦੇ ਵੀ ਹਸਪਤਾਲ ਆਸ ਕੇ ਮੁਆਇਨਾ ਕਰ ਸਕਦੇ ਹਨ ਇਸ ਦੌਰਾਨ ਕੋਈ ਵੀ ਕਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਸਪਤਾਲਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚੱਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜੁਗਰਾਉਂ ਉਤੇ 6 ਕਰੋੜ ਨਾਲ ਬਣੇ ਜੱਚਾ ਬੱਚਾ ਕੇਂਦਰ ਦਾ ਉਦਘਾਟਨ ਕੀਤਾ ਇਸ ਸਮੇਂ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਤੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਨੁਕੇ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਹਾਜ਼ਰ ਸਨ ਪੰਜਾਬ ਸਰਕਾਰ ਨੇ ਸਰਹੱਦ ਨਾਲ ਲੱਗਦੇ 1 ਕਿਲੋਮੀਟਰ ਦੇ ਘੇਰੇ 'ਚ ਮਾਈਨਿੰਗ ਤੇ ਲਾਈ ਰੋਕ 24 ਕਿਲੋਮੀਟਰ 2 ਕਿਲੋਮੀਟਰ ਦੇ ਘੇਰੇ 'ਚ ਸਟੋਨ ਕ੍ਰਸ਼ਰ ਅਤੇ ਸਕਰੀਨਿੰਗ ਕੰਮ ওয়াਸ਼ਿੰਗ ਪਲਾਂਟ ਲਾਉਣ ਦੀ ਮਨਜ਼ੂਰੀ ਨਹੀਂ ਪੰਜਾਬ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਜ਼ਿਲ੍ਹਾ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਦੇ 1 ਕਿਲੋਮੀਟਰ ਦੇ ਘੇਰੇ ਵਿੱਚ ਮਾਈਨਿੰਗ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ 2 ਕਿਲੋਮੀਟਰ ਦੇ ਘੇਰੇ ਵਿੱਚ ਸਟੋਨ ਕ੍ਰਸ਼ਰ ਸਕਰੀਨਿੰਗ ਕੰਮ ਵਾਸ਼ਿੰਗ ਪਲਾਂਟ ਲਾਉਣ ਦੀ ਮਨਜ਼ੂਰੀ ਵੀ ਨਹੀਂ ਦਿੱਤੀ ਜਾਵੇਗੀ ਇਸ ਸਬੰਧੀ ਹਾਈ ਕੋਰਟ ਨੂੰ ਹਲਫਨਾਮਾ ਦਾਇਰ ਕਰਕੇ ਪੰਜਾਬ ਸਰਕਾਰ ਨੇ ਕਿਹਾ ਕਿ ਫੌਜ ਨੇ ਪਠਾਨਕੋਟ ਦੀਆਂ 6 ਮਾਈਨਿੰਗ ਸਟਾਟਾਂ ਤੇ ਇਤਰਾਜ਼ ਨਹੀਂ ਜਤਾਇਆ ਇਸ ਲਈ ਇੱਥੇ ਮਾਈਨਿੰਗ ਦੀ ਮਨਜ਼ੂਰੀ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਫੌਜ ਨੇ ਹਾਈ ਕੋਰਟ ਵਿੱਚ ਕਿਹਾ ਸੀ ਕਿ ਸਰਹੱਦ ਉੱਤੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚ ਰਿਹਾ ਹੈ ਬੰਕਰਾਂ ਉੱਪਰੋ ਹਰ ਰੋਜ਼ ਟਰੰਕ ਲੱਗ ਰਹੇ ਨੇ ਜਿਸ ਕਾਰਨ ਬੰਕਰ ਤਾਸਰੇ ਨੇ ਤੇ ਨਜਾਇਜ਼ ਮਾਈਨਿੰਗ ਕਾਰਨ ਪਾਣੀ ਦਾ ਵਹਾਅ ਬਦਲ ਸਕਦਾ ਹੈ ਜਿਸ ਨਾਲ ਇਲਾਕੇ ਚ ਹੜ ਵਰਗੇ ਹਾਲਾਤ ਬਣ ਸਕਦੇ ਨੇ 1 ਨਵੰਬਰ ਤੋਂ ਹੋਣ ਜਾ ਰਹੇ ਹਨ ਇਹ ਤਿੰਨ ਵੱਡੇ ਬਦਲਾਅ ਸੋ ਵੱਡੀ ਖਬਰ ਹੈ ਜੀ ਵਪਾਰਕ ਗੈਸ ਸਿਲੰਡਰ 115 ਰੁਪਏ ਸਸਤਾ ਹੋਵੇਗਾ ਜੈਟ ਫਿਊਲ ਮਹਿੰਗਾ ਹੋ ਗਿਆ ਜੀਐਸਟੀ ਨਾਲ ਸੰਬੰਧਿਤ ਨਿਯਮਾਂ ਵਿੱਚ ਬਦਲਾ ਕੀਤੇ ਗਏ ਹਨ ਪੈਟਰੋਲ ਦੀ ਕੀਮਤ ਵਿੱਚ 40 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਦੀ ਉਮੀਦ ਹੈ ਪਰ ਤੇਲ ਕੰਪਨੀਆਂ ਨੇ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਅਮਰਤਪਾਲ ਸਿੰਘ ਦਾ ਵਿਵਾਦਤ ਬਿਆਨ ਹਿੰਦੀ ਭਾਸ਼ਾ ਵਿੱਚ ਲਿਖੇ ਸਾਈਨ ਬੋਰਡ ਵਾਲੀਆਂ ਦੁਕਾਨਾਂ ਦਾ ਕੀਤਾ ਜਾਵੇ ਬਾਈਕਾਟ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਨੇ ਇੱਕ ਵਾਰ ਫਿਰ ਆਪਣੀਆਂ ਤਾਜ਼ਾ ਟਿੱਪਣੀਆਂ ਨਾਲ ਵਿਵਾਦਾਂ 'ਚ ਉਲਗੇ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵਾਇਰਲ ਹੋ ਰਹੀਆਂ ਨੇ ਅਮਰਤਪਾਲ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਗਿਆ ਹੈ ਕਿ ਪੰਜਾਬ ਦੇ ਲੋਕ ਹੁਣ ਹਿੰਦੀ ਦੇ ਸਾਈਨ ਬੋਰਡ ਵਾਲੀਆਂ ਦੁਕਾਨਾਂ ਤੋਂ ਖਰੀਦਦਾਰੀ ਬੰਦ ਕਰ ਦੇਣ ਜਿਸ ਵੀ ਦੁਕਾਨ ਤੇ ਹਿੰਦੀ ਭਾਸ਼ਾ ਲਿਖੀ ਹੋਈ ਜਾਂ ਕੋਈ ਵੀ ਸਾਈਨ ਬੋਰਡ ਹੈ ਉਸ ਸੂਬੇ ਦੇ ਸਥਾਨਕ ਲੋਕਾਂ ਵੱਲੋਂ ਬਾਈਕਾਟ ਕੀਤਾ ਜਾਣਾ ਚਾਹੀਦਾ 2 ਲੱਖ ਰੁਪਏ ਦੀ ਗ੍ਰਾਂਟ ਨੂੰ ਲੈ ਕੇ ਗੁਰਦੁਆਰਾ ਸਾਹਿਬ ਤੇ ਈਸਾਈਆਂ ਵੱਲੋਂ ਪਤਰਾਖਸ਼ ਸ਼ੁਰੂ ਕੀਤੇ ਜਾਣ ਤੇ ਬੀਤੇ ਕੱਲ ਈਸਾਈ ਅਤੇ ਸਿੱਖ ਭਾਈਚਾਰੇ ਵਿਚਾਰ ਹੋਏ ਟਕਰਾਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਹਨਾਂ ਨੇ ਕਿਹਾ ਜੀ ਪਵਿੱਤਰ ਸਥਾਨ ਤੇ ਪਥਰਾਅ ਕਰਨ ਵਾਲੇ ਕਲਾਬ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸਿੱਖ ਭਾਈ ਜਰਾ ਕਦੇ ਵੀ ਕਿਸੇ ਪਵਿੱਤਰ ਸਥਾਨ ਤੇ ਪਥਰਾਅ ਨਹੀਂ ਕਰਦਾ ਤੇ ਨਾ ਹੀ ਕਿਸੇ ਹੋਰ ਧਰਮ ਦਾ ਨਿਰਾਦਰ ਕਰਦਾ ਜੇਕਰ ਜ਼ਿੰਮੇਵਾਰਾਂ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਕਾਨੂੰਨ ਅਤੇ ਵਿਵਸਥਾ ਨੂੰ ਆਪਣੇ ਹੱਥ ਵਿੱਚ ਲੈ ਲਵਾਂਗੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਏਆਈਜੀ ਸਮੇਤ 10 ਪੁਲਿਸ ਮੁਲਾਜ਼ਮਾ ਖਿਲਾਫ ਮੁਹਾਲੀ ਦੀ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਮਾਮਲਾ ਨੌਜਵਾਨ ਤੇ 1 ਕਿਲੋ ਹਰੋਇਨ ਦੇ ਪਰਚੇ ਦਾ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਦੀ ਜਾਂਚ ਤੋਂ ਬਾਅਦ ਸੀਬੀਆਈ ਨੇ ਐਸਟੀਐਫ ਤੇ ਏਆਈਜੀ ਰਸ਼ਪਾਲ ਦੇ ਸਮੇਤ 10 ਪੁਲਿਸ ਮੁਲਾਜ਼ਮਾ ਖਿਲਾਫ ਵਿਸ਼ੇਸ਼ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਹੈ ਅਮਰਤਸਰ ਦੇ ਬਲਵਿੰਦਰ ਸਿੰਘ ਨੂੰ 3 ਅਗਸਤ 2017 ਨੂੰ ਐਸਟੀਐਫ ਅਮਰਤਸਰ ਪੁਲਿਸ ਨੇ ਸਿਵਲ ਹਸਪਤਾਲ ਤੋਂ ਪਾਟੀ ਤੋਂ ਗ੍ਰਿਫਤਾਰ ਕੀਤਾ ਉਸਤੇ ਹਰੋਇਨ ਦਾ ਮਾਮਲਾ ਦਰਜ ਕੀਤਾ 1 ਕਿਲੋ ਹਰੋਇਨ ਬਰਾਮਦ ਹੋਈ ਹੈ ਪਾਕਿਸਤਾਨ ਤੋਂ ਹਰੋਇਨ ਲਿਆਉਣ ਦਾ ਦੋਸ਼ ਹੈ ਮਾਮਲੇ 'ਚੋ 3 ਹੋਰ ਮੁਲਜ਼ਮਾਂ ਦਾ ਨਾਮ ਸ਼ਾਮਲ ਹੈ ਬਲਵਿੰਦਰ ਨੇ ਫਿਰ ਹਾਈ ਕੋਰਟ ਨੂੰ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਐਸਟੀਐਫ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਹਰੋਇਨ ਦੀ ਇੱਕ ਹੋਰ ਖੇਪ ਪੌਰ ਸਿੰਘ ਦੇ ਨਾਮ ਦੇ ਮੁਲਾਜ਼ਮ ਤੋਂ ਖੇਤਾਂ ਵਿੱਚੋਂ ਦੱਬੀ ਹੋਈ ਬਰਾਮਦ ਹੋਈ ਹੈ ਸੋ ਬਲਵਿੰਦਰ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹਾਈ ਕੋਰਟ ਨੇ ਨਵੰਬਰ 2019 ਨੂੰ ਡੀਜੀਪੀ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ प्रमोद ਬਾਣ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਬਲਵਿੰਦਰ ਸਿੰਘ ਦੀ ਕਾਲ ਡਿਟੇਲ ਸੀਸੀਟੀਵੀ ਫੋਟੋਸ ਤੇ ਲੋਕੇਸ਼ਨ ਡਾਟਾ 2020 ਤੱਕ ਹਾਈ ਕੋਰਟ ਨੂੰ ਧਾਰ ਕੀਤਾ ਗਿਆ ਕਾਲ ਡਿਟੇਲ ਸੀਸੀਟੀਵੀ ਫੋਟੋਸ ਦੇ ਆਧਾਰ ਤੇ ਸਵਾਲ ਉੱਠੇ ਨੇ ਜਨਵਰੀ 2021 ਨੂੰ ਹਾਈ ਕੋਰਟ ਨੇ ਜਾਂਚ ਸੀਬੀਆਈ ਨੂੰ ਦੇ ਦਿੱਤੀ ਹੈ ਸਿੱਖਿਆ ਮੰਤਰੀ ਵੱਲੋਂ bizness blaster young entrepreneur scheme ਲਾਂਚ ਬੋਲੇ ਪੰਜਾਬ ਵਿਦਿਆਰਥੀ ਰੋਜ਼ਗਾਰਦਾਤੇ ਬਣਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰਦਾਤੇ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਿਆ ਹੈ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਵਪਾਰਕ ਉਦਮੇ ਬਨਾਨਾ ਸੰਬੰਧੀ ਸ਼ਾਮਾਂ ਨੂੰ ਹਕੀਕੀ ਰੂਪ ਦੇਣ ਦੇ ਲਈ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਿਜ਼ਨਸ ਬਲਾਸਟਰ ਯੰਗ ਐਂਟਰਪ੍ਰੀਨਿਅਰਸ ਯੋਜਨਾ ਦਾ ਉਦਘਾਟਨ ਕੀਤਾ ਹੈ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮਾਡਲ ਨੂੰ ਪੂਰੀ ਦੁਨੀਆ ਦੇ ਨਾਲੋਂ ਬਿਹਤਰ ਬਣਾਉਣਾ ਹੈ ਉੱਥੇ ਹੀ ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀ 12ਵੀਂ ਕਰਨ ਉਪਰੰਤ ਇਹਨਾਂ ਸੋਚਣ ਕਿ ਹੁਣ ਮੈਂ ਕੀ ਕਰਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਦੇ ਵਿਦਿਆਰਥੀ ਹੁਣ ਰੁਜ਼ਗਾਰ ਮੰਗਣ ਵਾਲੇ ਨਹੀਂ ਸਗੋ ਰੁਜ਼ਗਾਰਦਾਤੇ ਬਣਨਗੇ ਇਸ ਸਕੀਮ ਦੇ ਤਹਿਤ ਬੱਚਿਆਂ ਨੂੰ 2000 ਰੁਪਏ ਦਿੱਤੇ ਜਾਣਗੇ 8 ਵਿਦਿਆਰਥੀ ਇੱਕ ਮਿਕਸ ਗਰੁੱਪ ਬਣਾ ਕੇ ਪੂਰੀ ਸਹਿਦ ਦਿੰਦੇ ਹੋਏ ਹਰੇਕ ਮੈਂਬਰ ਨੂੰ 2000 ਰੁਪਏ ਦਿੱਤੇ ਜਾਣਗੇ ਵਪਾਰਕ ਤਜ਼ਵੀਜ ਨੂੰ ਸਫਲ ਬਣਾਉਣ ਲਈ ਪੈਸੇ ਦਿੱਤੇ ਜਾਣਗੇ ਰਾਮ ਰਹਿਮ ਨੂੰ ਦੇ ਡੇਰੇ ਜਾਣ ਨੂੰ ਲੈ ਕੇ ਵਿਵਾਦ ਚੁੱਕਰੇ ਮੰਤਰੀ ਸਰਾਰੀ ਦਾ ਬਿਆਨ ਆਇਆ ਸਾਹਮਣੇ ਹਲਕਾ ਗੁਰੂ ਹਰਸਾਹਿਬ ਦੇ ਵਿਧਾਇਕ ਕੈਬਨਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵਿਰੋਧੀ ਪਾਰਟੀਆਂ 'ਤੇ ਤੰਜ ਕੱਸਦਿਆਂ ਕਿ ਲੋਕ ਮੈਨੂੰ ਸਾਜਿਸ਼ ਤੈਤ ਬੰਦਨਾਮ ਕਰਨ 'ਚ ਲੱਗੇ ਨੇ ਫੌਜਾ ਸਿੰਘ ਸਰਾਰੀ ਨੇ ਕਥਿਤ ਦੋਸ਼ ਲਾਉਂਦਿਆਂ ਕਿ ਵਿਰੋਧੀ ਪਾਰਟੀਆਂ ਦੇ ਨਕਾਰੇ ਹੋਏ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਵਾਦੀ ਲੋਕਪ੍ਰਇਤਾ ਹਾਜ਼ਮ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਉਹ ਪੰਜੇਗੋਤੜ ਸਕੂਲ ਵਿੱਚ ਸਲਾਨਾ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਜਾ ਰਹੇ ਸਨ ਤਾਂ ਪਿੰਡ ਜੀਵਨ ਰਾਏ 'ਚ ਕੁਝ ਉਤਰਨਾ ਕਰਿਆ ਨੇ ਤਰਨਾ ਲਾਇਆ ਸੀ ਇਸ ਦੌਰਾਨ ਦੂਜੇ ਰਸਤੇ ਜਾਣਾ ਸੀ ਰਸਤੇ 'ਚ ਪੈਂਦੇ ਪਿੰਡ ਸੱਤ ਦੇ ਕੇ ਮੋਹਨ ਸੜਕ ਦੇ ਨਾਲ ਬਣਿਆ ਡੇਰਾ ਸੱਚਾ ਸੌਦਾ ਗੇਟ ਤੇ ਖੜੇ ਆਮ ਆਦਮੀ ਪਾਰਟੀ ਦੇ ਵਰਕਰ ਪਿੰਡ ਹਾਜੀ ਬੇਟੂ ਦਾ ਸਰਪੰਚ ਤੇ ਹੋਰ ਪਾਰਟੀ ਵੋਟਰ ਸਪੋਰਟਰ ਖੜੇ ਸਨ ਉਹਨਾਂ ਨੇ ਮੈਨੂੰ ਰੋਕਣ ਤੇ ਮੈਂ ਰੁਕ ਗਿਆ ਕੁਝ ਸਮੱਸਿਆਵਾਂ ਸੁਣੀਆਂ ਇਸ ਤੋਂ ਲਾ ਬਾ ਉਹਨਾਂ ਨੇ ਮੈਨੂੰ ਮੰਗ ਪੱਤਰ ਸੌਂਪਿਆ ਤਾਂ ਉਹਨਾਂ ਦਾ ਮੰਗ ਪੱਤਰ ਲੈ ਕੇ ਰਵਾਨਾ ਹੋ ਗਿਆ ਜਗਰਾਉਂ ਵਿਖੇ ਹਸਪਤਾਲ ਦੇ ਉਦਘਾਟਨ ਮੌਕੇ ਸੀਐਮ ਭਗਵੰਤ ਮਾਨ ਨੇ ਦੱਸਿਆ ਪੰਜਾਬ ਦੇ ਵਿਕਾਸ ਦਾ ਰੋਡ ਮੈਪ ਮੁੱਖ ਮੰਤਰੀ ਭਗਵੰਤ ਮਾਨ ਨੇ ਜਗਰਾਉਂ ਵਿੱਚ ਜਾਚਾ ਬਚਾ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਵਰਜੀਤ ਕੌਰ ਮਾਨ ਨੂੰ ਕੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਤੇ ਪਾਰਟੀ ਵਰਕਰ ਮੌਜੂਦ ਸਨ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਾ ਕਿਹਾ ਕਿ ਚੋਣਾਂ ਵੇਲੇ ਜਿਉ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸਨ ਉਹ ਵਾਅਦੇ ਨਹੀਂ ਗਰੰਟੀਆਂ ਸਨ 7 ਮਹੀਨਿਆਂ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਭ੍ਰਸ਼ਟਾਚਾਰੀ ਰੋਕੂ ਹੈਲਪਲਾਈਨ ਨੰਬਰ ਜਾਰੀ ਕੀਤਾ ਹੁਣ ਤੱਕ 200 ਤੋਂ ਵੱਧ ਬੰਦਿਆਂ ਨੂੰ ਕਾਬੂ ਕਰ ਲਿਆ ਹੈ ਜੁਲਾਈ ਤੋਂ ਮੁਫਤ ਬਿਜਲੀ ਦਿੱਤੀ ਗਈ ਹੈ ਮੁਲਾਜ਼ਮਾਂ ਦੀ ਮੰਗ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਆ 20000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ 100 ਹੋਰ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਨੇ ਮਹੀਨੇ ਦੇ ਪਹਿਲੇ ਦਿਨ ਰਾਹਤ ਰਸੋਈ ਗੈਸ ਸਿਲੰਡਰ ਹੋਇਆ ਸਸਤਾ ਸੋ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਜਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੈਨੇਡਾ ਜਾਣ ਦਾ ਕਰੇਜ਼ ਪੰਜਾਬੀ ਵਿਦਿਆਰਥੀ ਫ੍ਰੈਂਚ ਭਾਸ਼ਾ ਨੂੰ ਦੇ ਰਹੇ ਨੇ ਤਰਜੀਬ ਸਨੈਰੀ ਭਵਿੱਖ ਦੀ ਆਸ ਵਿੱਚ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਜਾਣ ਨੂੰ ਪਸੰਦ ਕਰਦੇ ਨੇ ਇਸ ਲਈ ਪੰਜਾਬ ਵਿੱਚ ਅੰਗਰੇਜ਼ੀ ਤੋਂ ਬਾਅਦ ਹੁਣ ਫ੍ਰੈਂਚ ਸਿੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਾਧੀ ਜਾ ਰਹੀ ਹੈ ਇਸ ਸਾਲ ਪੰਜਾਬ ਦੇ ਵਿਪਨ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 8000 ਵਿਦਿਆਰਥੀਆਂ ਨੇ ਫ੍ਰੈਂਚ ਭਾਸ਼ਾ ਵਾਲੀ ਸਰਟੀਫਿਕੇਟ ਅਤੇ ਡਿਪਲੋਮਾ ਕੋਰਸਿਸ ਕਿਸੇ 50% ਦੀ ਗਿਣਤੀ ਪੱਧਰ ਕੇ 12000 ਹੋਣ ਦੀ ਆਸ ਹੈ ਤੇ ਗ੍ਰੈਜੂਏਟ ਵਿੱਚ ਵਿਦਿਆਰਥੀਆਂ ਨੇ ਦੱਸਿਆ ਕਿ ਕੈਨੇਡਾ 'ਚ ਫ੍ਰੈਂਚ ਦੂਜੀ ਅਧਿਕਾਰਤ ਭਾਸ਼ਾ ਕੈਨੇਡਾ ਦੇ ਵਿੱਚ ਫ੍ਰੈਂਚ ਬੋਧਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਇਸ ਦਿਨ ਵੱਡੇ ਨਦਰ ਕੈਨੇਡੀਅਨ ਸੰਸਦਿਕ ਸਪੈਸ਼ਲ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸੁਫਾਰਸ਼ ਕੀਤੀ ਕਿ ਫ੍ਰੈਂਚ ਬੋਲਣ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਵੀਜ਼ਾ ਦਿੱਤਾ ਜਾਵੇ 7% ਤੱਕ ਹੋਵੇਗਾ ਕੈਨੇਡਾ ਦਾ ਟੀਚਾ ਈਪੀਐਫਓ ਬੋਰਡ ਨੇ ਪੈਨਸ਼ਨ ਸਕੀਮ ਚ ਕੀਤਾ ਬਦਲਾਅ ਕਿਸ ਨੂੰ ਮਿਲੇਗਾ ਫਾਇਦਾ ਈਪੀਐਫਓ ਨੇ 6 ਮਹੀਨੇ ਤੋਂ ਘੱਟ ਸਮੇਂ ਤੋਂ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਕਰਮਚਾਰੀ ਪੈਨਸ਼ਨ ਯੋਜਨਾ 1995 ਤਹਿਤ ਰਕਮ ਜਮਾ ਰਕਮ ਕਰਵਾਉਣ ਦੀ ਇਜਾਜ਼ਤ ਦਿੱਤੀ ਹੈ ਵਰਤਮਾਨ ਵਿੱਚ ਕਰਮਚਾਰੀ ਭਵਿੱਖ ਨidhi ਫੰਡ ਗਾਕਾਂ ਨੂੰ ਕਰਮਚਾਰੀ ਭਵਿੱਖ ਦੇ ਖਾਤੇ 'ਚ ਸਿਰਫ ਤਾਂ ਹੀ ਜਮਾ ਰਕਮ ਕਰਵਾਉਣ ਦੀ ਇਜਾਜ਼ਤ ਦਿੰਦਾ ਜੇਕਰ ਸੇਵਾ ਵਿੱਚ 6 ਮਹੀਨਿਆਂ ਤੋਂ ਘੱਟ ਦਾ ਸਮਾਂ ਬਚਿਆ ਹੋਵੇ EPFO ਦੀ ਸਿਖਰਲੀ ਸੰਸਥਾ ਸੈਂਟਰਲ ਬੋਰਡ ਆਫ ਟਰਸਟੀਆਂ ਨੇ ਸੋਮਵਾਰ ਨੂੰ 2032 ਦੋਸਤੋ 27ਵੀਂ ਮੀਟਿੰਗ ਚ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ EPS 95 ਸਕੀਮ ਚ ਕੁਝ ਸੋਧਾਂ ਕਰਕੇ ਸੇਵਾ ਮੁਕਤੀ ਦੇ ਨੇੜੇ ਹੋਣ ਵਾਲੇ ਗਾਹਕਾਂ ਨੂੰ ਛੋੜ ਦਿੱਤੀ ਜਾਵੇ ਪੈਨਸ਼ਨ ਫੰਡ ਜਮਾ ਕੀਤੀ ਰਕਮ ਤੇ ਵਾਪਸ ਲੈਣ ਲਈ ਸਿਖਰਲੀ ਸੰਸਥਾ ਸੈਂਟਰਲ ਬੋਰਡ ਆਫ ਟਰਸਟੀਜ਼ ਦੀ ਮੀਟਿੰਗ ਸੋਮਵਾਰ ਨੂੰ ਹੋਈ EPFO ਸਬਸਕ੍ਰਾਈਬਰਜ਼ ਨੂੰ ਰਾਹਤ ਦਿੱਤੀ ਗਈ ਹੈ ਐਕਸਚੇਂਜ ਟ੍ਰੇਡਡ ਫੰਡਾਂ ਚ ਨਿਵੇਸ਼ ਤੇ ਵੀ ਬੋਲਿਆ ਗਿਆ ਹੈ ਨਾ ਮਿੱਟੀ ਤੇ ਨਾ ਜ਼ਮੀਨ ਤੇ ਹੁਣ ਹਵਾ ਚ ਆਲੂ ਦੀ ਖੇਤੀ 12 ਗੁਣਾ ਵਧ ਚੜ ਹੁਣ ਖੇਤੀ ਦੇ ਵਿੱਚ ਵਿਕਾਸ ਲਈ ਨਵੀਆਂ ਤਕਨੀਕਾਂ ਆ ਰਹੀਆਂ ਨੇ ਇਸ ਤਰ੍ਹਾਂ ਹੁਣ ਆਲੂ ਐਰੋਪੋਨਿਕ ਤਕਨੀਕ ਰਹੀ ਹਵਾ ਚ ਗਾਇਆ ਜਾ ਸਕਦਾ ਜੀ ਪਟੈਟੋ ਟੈਕਨੋਲੋਜੀ ਕੇਂਦਰ ਸ਼ਾਮਗੜ ਦਾ ਕ੍ਰਾਂਤੀਕਾਰੀ ਕਦਮ ਜੀ ਐਪੈਰੋ ਟੈਕਨੋਲੋਜੀ ਰਹੀ ਹੁਣ ਤੁਸੀਂ ਬਿਨਾਂ ਜ਼ਮੀਨ ਬਿਨਾਂ ਹਵਾ ਬਾਬੇਣਾ ਮਿੱਟੀ ਤੇ ਹਵਾ ਚ ਆਲੂ ਉਗਾ ਸਕਦੇ ਉਹ ਤੇ ਝਾੜ ਵੀ 10 ਗੁਣਾ ਵੱਧ ਰਹੇਗਾ ਪੋਟੈਟੋ ਸੈਂਟਰ ਦੰ ਅੰਤਰਰਾਸ਼ਟਰੀ ਪੋਟੈਟੋ ਸੈਂਟਰ ਨਾਲ ਸਮਝੌਤਾ ਹੋਇਆ ਜਿਸ ਤੋਂ ਬਾਅਦ ਸਰਕਾਰ ਨੇ ਐਰੋਪੋਨਿਕ ਪ੍ਰੋਜੈਕਟ ਦੀ ਮਨਜ਼ੂਰੀ ਦਿੱਤੀ ਆ ਸੋ ਕਿਸਾਨ ਬਿਨਾ ਮਿੱਟੀ ਤੇ ਹਵਾ ਵਿੱਚ ਆਲੂਗਾਉਣ ਦੇ ਯੋਗ ਹੋਣਗੇ ਇਸ ਤਕਨੀਕ ਨੂੰ ਸ਼ੁਰੂ ਵਿੱਚ ਆਲੂ ਲੈਬ ਤੋਂ ਹਾਰਡਿੰਗ ਯੂਨਿਟ ਤੱਕ ਪਹੁੰਚਦੇ ਹਨ ਇਸ ਤੋਂ ਬਾਅਦ ਪੌਦੇ ਦੀਆਂ ਜੜਾਂ ਵਿੱਚ ਬਾਵਸਟਿਮ ਜੋ ਡਬੋ ਦਿੱਤੀਆਂ ਜਾਂਦੀਆਂ ਨੇ ਕੋਈ ਫੰਗਸ ਨਹੀਂ ਪੈਦਾ ਹੁੰਦੀ ਇਸ ਤੋਂ ਬਾਅਦ ਬੈੱਡ ਬਣਾ ਕੇ ਉਸ ਨੂੰ ਕਾਕਪਿਟ ਤੇ ਇਹਨਾਂ ਪੌਦਿਆਂ ਨੂੰ ਲਾਇਆ ਜਾਂਦਾ 15 ਦਿਨਾਂ ਬਾਅਦ ਇਹ ਇਹ ਪੌਦੇ ਐਰੋਪੋਨਿਕ ਜੁਨਟ ਅੰਦਰ ਲਾਏ ਜਾਂਦੇ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੀਐਮ ਭਗਵੰਤ ਮਾਨ ਨੇ ਵਾਦਾ ਇੱਕਾ ਮਾਨੁੱਖ ਦੇ ਘਰ ਪਾਈ ਫੇਰੀ ਪਰਿਵਾਰਕ ਮੈਂਬਰ ਪ੍ਰੋਫੈਸਰ ਸੁਖਮਿੰਦਰ ਸਿੰਘ ਪਰਮਜੀਤ ਸੀਮਾ ਰਸ਼ਪਾਲ ਜੀਮਨਾ ਅਤੇ ਪ੍ਰੀਤਮ ਅਖਾੜਾ ਸਰਬਜੀਤ ਸਿੰਘ ਆਦ ਦੇ ਨਾਲ ਮੀਟਿੰਗ ਕੀਤੀ ਸੋ ਗੱਲਬਾਤ ਕੀਤੀ ਮੁੱਖ ਮੰਤਰੀ ਦਾ ਗਰਮ ਜੋਸ਼ੀ ਨਾਲ ਬੁੱਕੇ ਪੇਂਡ ਕਰਕੇ ਸਵਾਗਤ ਕੀਤਾ ਗਿਆ ਬੂਹੇ ਤੇ ਤੇਲ ਵਿੱਚ ਹੋਇਆ ਗਿਆ ਸੀਐਮ ਭਗਵੰਤ ਮਾਨ ਨੇ ਜੋ ਗਰਾਉਂ ਪੂਜਨ ਦੇ ਸਾਥ ਗਿਆ ਫੌਜੀਆਂ ਨੇ ਕਾਲੇ ਝੰਡਿਆਂ ਨਾਲ ਕੀਤਾ ਪ੍ਰਦਰਸ਼ਨ ਜੀਓ ਜੀ ਬੰਦ ਕਰਨ ਦਾ ਵਿਰੋਧ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ ਗਰਾਵ ਪਹੁੰਚਣ ਤੇ ਸਾਬਕਾ ਸੈਨਿਕਾਂ ਨੇ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕਰਦੇ ਹ ਜੀਓ ਜੀ ਨੂੰ ਝੂਠੇ ਤੱਥਾਂ ਤੇ ਆਧਾਰ ਤੇ ਬੰਦ ਕਰਨ ਦਾ ਵਿਰੋਧ ਕੀਤਾ ਜਤੇ ਬੰਦੀਆਂ ਦੇ ਆਗੂਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਰਕਾਰ ਬਣਨ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਵਾਰਾਂ ਦੇ ਭਵਿੱਖ ਵਿੱਚ ਆਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਸਮਾਜ ਦੇ ਹਰ ਵਰਗ ਨੂੰ ਆਪਣੇ ਨਾਲ ਕੀਤੇ ਵਾਅਦੇ ਪੂਰੇ ਕਰੇਗੀ। ਅਗਲੀ ਵੱਡੀ ਖਬਰ ਹੈ ਜੀ ਅੰਮ੍ਰਿਤਸਰ ਤੋਂ ਜਿੱਥੇ ਸਾਬਕਾ ਮੇਰ ਦੇ ਭਰਾ ਦੇ ਸੁਰੱਖਿਆ ਮੁਲਾਜ਼ਮ ਨੂੰ ਲੱਗੀ ਗੋਲੀ ਸੀਸੀਟੀਵੀ ਵਿੱਚ ਕੈਦ ਹੋਈ ਕreturnData ਅੰਮ੍ਰਿਤਸਰ ਦੇ ਸਾਬਕਾ ਮੇਰ ਸੁਭਾਸ਼ ਸ਼ਰਮਾ ਦੇ ਭਰਾ ਰਮੇਸ਼ ਸ਼ਰਮਾ ਸਾਬਕਾ ਪ੍ਰਧਾਨ ਦੁਰਗਿਆਣਾ ਕਮੇਟੀ ਅੰਮ੍ਰਿਤਸਰ ਦੇ ਸੁਰੱਖਿਆ ਮੁਲਾਜ਼ਮ ਕੋਲੋਂ ਗਲਤੀ ਨਾਲ ਗੋਲੀ ਚੱਲ ਗਈ ਸੁਰੱਖਿਆ ਮੁਲਾਜ਼ਮ ਹਰਬੰਸ ਲਾਲ ਆਪਣੇ ਹਥਿਆਰ ਤੋਂ ਗਲਤੀ ਨਾਲ ਗੋਲੀ ਚੱਲ ਗਈ ਜੋ ਕਿ ਉਸ ਦੀ ਲੱਤ ਵਿੱਚ ਲੱਗ ਗਈ ਘਟਨਾ ਦੇ ਮਗਰੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਮੌਕੇ ਤੇ ਐਸਐਚਓ ਗਗਨਦੀਪ ਤੇ ਐਸਐਸਪੀ ਸਹੋਤਾ 부ਜੇ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ ਬਸ ਹੁਕਮਾਂ ਦੀ ਉਡੀਕ ਲੈਫਟਿਨੈਂਟ ਜਨਰਲ ਆਉਸਲਾ ਕੰਟਰੋਲ ਰੇਖਾ ਉਤੇ ਸਥਿਤੀ ਬਾਰੇ ਦੱਸਦੇ ਹੋਏ ਚਨਾਰਕੌਰ ਦੇ जीओसी लेफ्टिनेंट जनरल एडीएस औजला ਨੇ ਕਿਹਾ ਕਿ ਬਹੁਤ ਸਾਰੇ ਮਾਪਦੰਡ ਚੁਆਮ ਸਥਿਤੀ ਦੇ ਸੰਕੇਤ ਦੇ ਰਹੇ ਨੇ ਇਸ ਦੇ ਨਾਲ ਚੁਣੌਤੀਆਂ ਬਾਰੇ ਦੱਸਦਿਆਂ ਕਿਹਾ ਕਿ ਚੁਣੌਤੀ ਜੰਗ ਬੰਦੀ ਬਾਰੇ ਬਰਕਰਾਰ ਰੱਖਣ ਦੀ औजला ਨੇ ਕਿਹਾ ਕਿ ਇਸ ਲਈ ਅਸੀਂ ਜੰਗ ਬੰਦੀ ਅਤੇ ਸਧਾਰਨ ਸਥਿਤੀ ਨੂੰ ਕਾਇਮ ਰੱਖਣ ਦੇ ਸਮਰਾਥਾਂ ਜਿਸ ਨੂੰ ਅਸੀਂ ਰੋਜ਼ਾਨਾ ਅਦਾਰ ਉੱਤੇ ਵੇਖ ਰਹੇ ਹਾਂ ਨਿਊਜ਼ ਏਜੰਸੀ ਐਨਏੀ ਦੇ ਮੁਤਾਬਕ ਗਿਲਗਿਤ ਬਲਿਸਟਾਨ ਨਾਲ ਸੰਬੰਧਿਤ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਤਾਜ਼ਾ ਬਿਆਨ ਹੈ ਕਿ ਭਾਰਤੀ ਸੈਨਾ ਪੂਰੀ ਤਰ੍ਹਾਂ ਤਿਆਰ ਹੈ ਸ੍ਰੀ ਸਰਕਾਰ ਦੇ ਹੁਕਮਾਂ ਉੱਤੇ ਕਿਸੇ ਵੀ ਕਾਰਵਾਈ ਲਈ ਤਿਆਰ ਆ ਇੰਟੈਲੀਜੈਂਸ ਬਿਊਰੋ ਦੇ ਵਿੱਚ 1771 ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਹੈ ਅਪਲਾਈ ਕਰਨ ਦੀ ਆਖਰੀ ਤਾਰੀਖ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਤੰਤ ਸਬ ਸੈਂਟਰਲ ਇੰਟੈਲੀਜੈਂਸ ਬਿਊਰੋ ਵਿੱਚ ਸੁਰੱਖਿਆ ਸਹਾਇਕ ਕਾਰਜਕਾਰੀ ਅਤੇ ਮਲਟੀਟਾਸਕਿੰਗ ਸਟਾਫ ਦੀਆਂ 1673 ਸਾਮੀਆਂ ਲਈ ਭਰਤੀ ਦਾ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹੁਸਨਪ੍ਰੀਤ ਕੌਰ ਸਾਜਾ ਮਿਸਿਸ ਪੰਜਾਬਣ ਦਾ ਤਾਜ ਤੇ ਸਿਮਰਨਜੀਤ ਕੌਰ ਬਾਣੀ ਮਿਸ ਪੰਜਾਬਣ ਯੂਰਪਸੋ ਸਿੰਘ ਡਿਜੀਟਲ ਮੀਡੀਆ ਤੇ ਨਾਰਦਿਕ ਇਵੈਂਟਸ ਗਰੁੱਪ ਵੱਲੋਂ ਡੈਨਮਾਰਕ ਦੇ ਸ਼ਹਿਰ ਕੋਪਨ ਹੈਗਨ ਵਿੱਚ ਮੌਕੇ ਪ੍ਰਬੰਧਕ ਰਣਜੀਤ ਤਾਲੀਵਾਲ ਗੁਰਵੰਦਰ ਸਿੰਘ ਖੁਰਲ ਦੇ ਪ੍ਰਬੰਧਾਂ ਹੇਠਾਂ ਮਿਸ ਐਂਡ ਮਿਸੇਜ਼ ਯੂਰਪੈਨ ਪੰਜਾਬਣ 2022 ਦਾ ਗ੍ਰੈਂਡ ਫਾਈਨਲ ਕਰਵਾਇਆ ਗਿਆ ਜਿਸ ਨੂੰ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ 14 ਪ੍ਰਤੀਯੋਗੀਆਂ ਨੇ ਪਾਗ ਲਿਆ ਚਾਵਾਂ ਦੇ ਨਾਲ ਕਰਵਾਈ ਲਵ ਮੈਰਿਜ ਦਾ ਹੋਇਆ ਖੌਫਨਾਕ ਅੰਤ 4 ਮਹੀਨਿਆਂ ਚ ਟੁੱਟ ਗਿਆ 7 ਜਣਵਾ ਦਾ ਰਿਸ਼ਤਾ 4 ਮਹੀਨੇ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਨੇ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਪੱਖੇ ਨਾਲ ਫਾਹਲ ਲੈ ਕੇ ਆਤਮ ਹੱਤਿਆ ਕਰ ਲਈ ਸਬੰਧੀ ਥਾਣਾ ਪੈਣੀ ਮੀਆਂਖਾ ਪੁਲਿਸ ਨੇ ਪਤਨੀ ਸਮੇਤ ਸੌਸ ਸਹੁਰੇ ਦੂਨਾਨਾਂ ਤੇ ਸੱਤ ਦੋਚੀਆਂ ਖਿਲਾਫ 300 ਛੇ ਤਹਿਤ ਮਾਮਲਾ ਦਰਜ ਕਰ ਦਿੱਤਾ ਜੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਰਜਨੂ ਮਸੀਦੀ ਮਾਤਾ ਸੁਨੀਤਾ ਪਤਨੀ ਜੋਧਾ ਮਸੀਹ ਵਾਸੀ ਚੱਕ شریف ਨੇ ਦੱਸਿਆ ਕਿ ਉਸਦੇ ਲੜਕੇ ਆਰਜਨ ਮਸੀਹ ਦੇ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਫੋਨ ਤੇ ਧਮਕੀਆਂ ਲਗਾਤਾਰ ਮਿਲ ਰਹੀਆਂ ਸਨ ਸਿਵਲ ਹਸਪਤਾਲ ਚੋਂ ਮੈਡੀਕਲ ਲੈ ਜਾਂਦੇ ਮੋਲਜਮ ਵੱਲੋਂ ਫਰਾਰ ਹੋਣ ਦੀ ਸਫਲ ਕੋਸ਼ਿਸ਼ ਐਂਡੀਪੀਐਸ ਦਾ ਮੁਕਦਮਾ ਦਰਜ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਵਾਪਸ ਲੈ ਕੇ ਜਾ ਰਿਆ ਜਾ ਰਿਹਾ ਸੀ ਤਾਂ ਉਸਨੇ ਪੁਲਿਸ ਦਾ ਹੱਥ ਛਡਵਾ ਕੇ ਪੱਜਾਂ ਚੋਂ ਕਾਮਯਾਬ ਹੋ ਗਿਆ ਪੁਲਿਸ ਵੱਲੋਂ ਵੀ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਵੱਲੋਂ ਉਸ ਮੋਲਜਮ ਨੂੰ ਕਾਬੂ ਕਰ ਲਿਆ ਗਿਆ ਬੀਜੇਪੀ ਵਿਧਾਇਕ ਦੀ ਨੂ ਦਾ ਜੁੱਤੀਆਂ ਨਾਲ ਕੁੱਟਮਾਰ ਪਤੀ ਵਿਖਾਉਂਦਾ ਸੀ ਇਹ ਸ਼ਲੀਲ ਵੀਡੀਓ ਰਾਜਸਥਾਨ ਨੂੰ ਗੱਠ ਜੋੜ ਕਰਨ ਵਾਲੀ ਰਾਸ਼ਟਰੀ ਲੋਕਤੰਤਰਿਕ ਭਾਰਤੀ ਅਤੇ ਭਾਰਤੀ ਜਨਤਾ ਪਾਰਟੀ ਹੁਣ ਨਵੇਂ ਵਿਵਾਦਾਂ ਚੁੱਕੀ ਰਹੀ ਹੈ ਜੀ ਪੋਪਾਲਗੜ ਦੇ ਆਰਐਲਪੀ ਵਿਧਾਇਕ ਪੁਖਰਾਜ ਗਰਗ ਦੀ ਧੀ ਵੱਲੋਂ ਜਲੌਰ ਜ਼ਿਲ੍ਹੇ ਦੇ ਪੋਪਾਲਗੜ ਚੂ ਆਰਐਲਪੀ ਵਿਧਾਇਕ ਜੁਗੇਸ਼ਵਰ ਗਰਗ ਦੇ ਪੁੱਤਰ ਤੇ ਦਾਜ ਮੰਗਣ ਦੇ ਤਸੀਹੇ ਦੇਣਾ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਨੇ ਬੀਜੇਪੀ ਵਿਧਾਇਕ ਦੀ ਨੂਹ ਦੀ ਜਿੱਤੀਆਂ ਨਾਲ ਕੁੱਟਮਾਰ ਵੀ ਹੁੰਦੀ ਦਿਖਾਈ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 10 ਨਵੇਂ ਜੱਜ ਇੱਕ ਵਕੀਲ 9 ਨਿਆਇਕ ਅਧਿਕਾਰੀਆਂ ਨੂੰ ਕੀਤਾ ਗਿਆ ਜੀ ਨਿਯੁਕਤ ਸੋ ਕੇਂਦਰ ਸਰਕਾਰ ਨੇ ਕੱਲ ਜੀ ਅਮਦ ਦੁਆਰਾ ਪ੍ਰਸਤਾਵਿਤ 10 ਨਾਵਾਂ ਤੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ ਸੋ ਇਹਨਾਂ 10 ਨਾਵਾਂ ਵਿੱਚ ਇੱਕ ਹਾਈ ਕੋਰਟ ਦਾ ਵਕੀਲ ਹੈ ਬਾਕੀ 9 ਨਿਆਇਕ ਅਧਿਕਾਰੀ ਹਨ ਜਿਨ੍ਹਾਂ ਨੂੰ ਜੱਜ ਬਣਾਇਆ ਗਿਆ ਹੈ ਗਾਇ ਕੈਪੀਟਲ ਉਹਦੇ ਲੱਗੀਆਂ ਗੰਬੀਰ ਸੱਤਾਂ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ ਸੋਜ ਸ਼ੋਅ ਕੀਤੇ ਮੁਲਤਵੀ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪ੍ਰਸਿੱਧ ਅਧਿਕਾਰ ਅਰੰਬਾ ਦਾ ਕੈਨੇਡਾ ਦੇ ਵਿੱਚ ਹੋਇਆ ਭਿਆਨਕ ਐਕਸੀਡੈਂਟ ਤੀਸ਼ਮਾ ਹਸਪਤਾਲ ਦੇ ਵਿੱਚ ਦਾਖਲ ਹਿਮਾਚਲ ਪ੍ਰਦੇਸ਼ ਚੂਣਾ ਪੂਰੀ ਜ਼ਿੰਦਗੀ ਸਰਕਾਰੀ ਤਨਖਾਹ ਲੈਣ ਵਾਲੇ 1300 ਰੁਪਏ ਦੀ ਪੈਨਸ਼ਨ ਨਾਲ ਕਿਵੇਂ ਗੁਜ਼ਾਰਾ ਕਰਦੇ ਨੇ ਹਿਮਾਚਲ ਵਿੱਚ ਚੋਣਾ ਦੀ ਗਰਮੀ ਨੂੰ ਮਹਿਸੂਸ ਕਰਦੇ ਹਾਂ Shimla ਤੋਂ 1 ਘੰਟੇ ਦੀ ਦੂਰੀ ਤੇ ਕੁਫੜੀ ਨੇੜੇ ਇੱਕ ਛੋਟੇ ਜਿਹੇ ਚਾਹ ਦੇ ਸਟਾਲ ਤੇ 68 ਸਾਲਾ ਹਰੀਦਾਸ ਠਾਕੁਰ ਜਿਸ ਨੂੰ ਚਲਾ ਰਿਹਾ ਉਸਨੇ ਕਿਹਾ ਜੀ ਸਰਕਾਰੀ ਨੌਕਰੀ ਤੋਂ ਮੁਕਤ ਹੋਇਆ ਪਰ ਉਸ ਦੀ ਪੈਨਸ਼ਨ ਸਿਰਫ 1300 ਰੁਪਏ ਹੈ। ਰਾਹੁਲ ਨੇ ਫੜਿਆ ਪੂਨਮ ਕੌਰ ਦਾ ਹੱਥ, ਸ਼ਿਵ ਸੈਨਾ ਨੇ ਰਾਹੁਲ ਦਾ ਦਿੱਤਾ ਸਾਥ। ਲਹਿੰਗਾਨਾ ਜੋ ਭਾਰਤ ਜੋੜਾ ਯਾਤਰਾ ਦੌਰਾਨ ਰਾਹੁ ਗਾਂਦੇ ਵੱਲੋਂ ਦਾਕਰ ਆਪੂਨਮ ਕੌਰ ਦਾ ਹੱਥ ਫੜਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਸ਼ਨੀਵਾਰ ਨੂੰ ਪਾਜਪਾਨੇ ਤਾ ਪ੍ਰੀਤੀ ਗਾਂਧੀ ਨੇ ਤਸਵੀਰ ਪੋਸਟ ਕਰਕੇ ਆਪਮਾਨਕ ਜਨਕ ਟਿੱਪਣੀ ਕੀਤੀ ਸੀ ਬਲਵੰਤ ਸਿੰਘ ਰਾਜਵਾਨਾ ਦੇ ਫੈਨਸ ਰਿਹਾਈ ਦੇ ਉੱਤੇ ਫੈਸਲਾ ਤਿੰਨ ਜੱਜਾਂ ਦੇ ਵੱਲੋਂ ਸੁਣਵਾਈ ਹੋ ਸਕਦੀ ਹੈ ਜੀ 1995 ਨੂੰ ਪੰਜਾਬ ਦੇ ਉਸ ਸਮੇਂ ਮੌਜੂਦਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ 'ਚ ਦੋਸ਼ੀ ਬਲਵੰਤ ਸਿੰਘ ਰਾਜਵਾਨਾਂ ਦੀ ਪਟੀਸ਼ਨ ਉੱਤੇ ਤਿੰਨ ਜੱਜਾਂ ਦੇ ਬੈਂਚ ਵੱਲੋਂ ਸੁਣਵਾਈ ਕੀਤੀ ਜਾਵੇਗੀ। ਅਮਰਤਪਾਲ ਦਾ ਐਮਪੀ ਬਿੱਟੂ ਤੇ ਨਿਸ਼ਾਨਾ ਕਿਹਾ ਸਿਰ ਮੁਨਾਕੇ ਦਿੱਲੀ ਬੈਠ ਜਾਵੋ ਦਿੱਲੀ ਵਾਲਿਆਂ ਦੀ ਕਰੋ ਦਲਾਲੀ। 1984 ਸਿੱਖ ਨਸਲ ਕੋਈ ਸਰਦਾਰੋਂ ਦਾ ਇੱਕ ਵੀ ਬੱਚਾ ਨਹੀਂ ਬਜਣਾ ਚਾਹੀਏ ਇਨਸਾਫ। ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਕਿ ਸਿੱਖ ਦੇਸ਼ ਦੇ ਨਾਗਰਿਕ ਨਹੀਂ। ਘਰੋਂ ਮੇਂ ਆਗ ਲਗਾ ਦੋ ਕਿਸੇ ਬਹਿਣ ਬੇਟੀ ਕੋ ਨਹੀਂ ਛੋੜਨਾ ਮਾਰ ਦੋ ਇਹਨ ਕੁ 84 ਦੀ ਪੀੜਤ ਸਿੱਖ ਪੱਪੀਕੌਰ ਵੱਲੋਂ ਦੱਸਿਆ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਾਪਰੇ ਕਤਲੇਆਮ ਦੀ ਅਸਲ ਮੰਚਾ ਨੂੰ ਦਰਸਾਉਂਦਿਆਂ ਤਿਲਕ ਵਿਵਹਾਰ ਦੀ ਵਿਧਵਾ ਕਲੋਨੀ ਚੋਂ ਕਤਲੇਆਮ ਦੀਆਂ ਬਾਕੀ ਪੀੜਤਾਂ ਨਾਲ ਰਹਿ ਰਹੀ 38 ਸਾਲਾ ਕੁਜ ਸਵਾਲਾਂ ਦੇ ਜਵਾਬ ਲੱਭਣ ਦੇ ਵਿੱਚ ਲੱਗੀ ਹੋਈ ਹੈ ਜਾਲੀ ਵੀਜ਼ਾ ਲਾ ਕੇ ਜਰਮਨੀ ਜਾ ਰਿਹਾ ਨੌਜਵਾਨ ਅੰਮ੍ਰਿਤਸਰ ਹਵਾਈ ਅੱਡੇ ਤੇ ਗ੍ਰਿਫਤਾਰ ਕਰ ਲਿਆ ਹੈ ਸੂਫਰਜੀ ਵੀਜ਼ਾ ਲਾ ਕੇ ਵਿਦੇਸ਼ ਜਾਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਨੂੰ ਪੁੱਛਗਿੱਛ ਕੀਤੀ ਗਈ ਤਸੱਲੀ ਜਬਖਸ਼ ਜਵਾਬ ਨਹੀਂ ਆਇਆ ਜਿਸ ਤੋਂ ਬਾਅਦ ਥਾਣੇ ਦੇ ਦਿੱਤਾ ਹੈ ਸੂਫਰੇ ਦੇ ਨੌਜਵਾਨ ਦੀ ਪਛਾਣ ਪ੍ਰਭ ਜੂਤਵਾਸੀ ਨਕੋਦਰ ਜਲੰਧਰ ਵੱਲੋਂ ਹੋਈ ਹੈ ਪੁਲਿਸ ਮੁਖੀ ਨੇ ਹਾਦਸੇ ਦੀ ਜ਼ਿੰਮੇਵਾਰੀ ਲਈ ਗ੍ਰਹਿ ਮੰਤਰਾਲੇ ਨੇ ਦੇਸ਼ ਤੋਂ ਮੰਗੀ ਮਾਫੀ ਯੋਨ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗ ਗਿਆ ਕਿ ਟਾਵਾ ਵਿੱਚ ਵੱਡੇ ਖੱਟ ਲਈ ਗੰਭੀਰ ਖਤਰੇ ਦੇ ਡਰੋਂ ਨਾਗਰਿਕਾਂ ਦੀਆਂ ਕਲਾਂ ਆ ਰਹੀਆਂ ਸੰਧ ਪਰ ਪੂਨ ਚੁੱਕਣ ਵਾਲੇ ਅਧਿਕਾਰੀ ਉਹਨਾਂ ਚਿੰਤਾਵਾਂ ਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਟਰਾਂਸਪੋਰਟ ਵਿਭਾਗ ਨੇ ਬਿਨਾਂ ਟੈਸਟਾਂ ਤੋਂ ਸਖਲਾਈ ਤੇ ਰੱਖੇ 28 ਡਰਾਈਵਰਸ ਤੋਂ ਵੱਡੀ ਖਬਰ ਹੈ ਜ਼ਿਲ੍ਹਾ ਫਿਰੋਜ਼ਪੁਰ ਤੋਂ ਡੇਰਾ ਸ਼ਰਦਾਲਮਨ ਦੇ ਭਾਰੀ ਇਕੱਠ ਨੇ ਕੀਤੇ ਸਾਰੇ ਹੈਰਾਨ ਤੋਂ ਵੱਡੀ ਖਬਰ ਹੈ ਜੀ ਰੋਸਪੁਰ ਦੇ ਸੈਦੇ ਕੇ ਮੋਹਨ ਨਾਮ ਚਰਚਾ ਵਿੱਚ ਡਾਕਟਰ ਰਾਮ ਰਹੀਮ ਵੱਲੋਂ ਸ਼ੁਰੂ ਕੀਤੇ ਆਨਲਾਈਨ ਗੁਰੂਕੁਲ ਸਮਾਗਮ ਦਾ ਯੋਜਨ ਕੀਤਾ ਗਿਆ ਜਿੱਥੇ ਵੱਡੀ ਗੰਦੀ ਚ ਲੋਕ ਇਕੱਠੇ ਹੋਏ ਪੇਚੀ ਦੇ ਨਾ ਪੂਜਣ ਕਰਕੇ ਰਾਣਾ ਗੁਰਜੀਤ ਨੂੰ 25000 ਦਾ ਜੁਰਮਾਨਾ ਦੇ ਚੀਨ ਦੇ ਵਿੱਚ ਕਰੋਨਾ ਨਾਲ ਫਿਰ ਹੜਕੰਪ ਐਪਲ ਫੈਕਟਰੀ ਚ ਲਾਕਡਾਊਨ ਦੇ ਡਰੋਂ ਕੰਧਾਂ ਟੱਪ ਕੇ ਭੱਜੇ ਮੁਲਾਜ਼ਮ ਸੋਏ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪਰਾ ਲਈ ਸਾੜਨ ਦੀ ਸੂਚਨਾ ਨਾ ਦੇਣ ਦੇ 38 ਨੰਬਰ ਦਾ ਸਸਪੈਂਡ 355 ਕਿਸਾਨਾਂ ਤੇ 8.70 ਲੱਖ ਦਾ ਜੁਰਮਾਨਾ ਮਲਬੌਰਨ ਤੋਂ ਆਈ ਮੰਦਪਾਗੀ ਖਬਰ ਅਮਲੋ ਦੇ ਨੌਜਵਾਨ ਦੇ ਦਿਲ ਦਾ